ਉਧਰ ਕੈਨੇਡਾ ਦੀ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਗਈ ਹੈ ਟਰੋਡੋ ਸਰਕਾਰ ਉਰਦ ਬੇਪਰੋਸਗੀ ਮਤੇ ਦੀ ਯੋਜਨਾ ਦੇ ਸੰਕੇਤ ਜਿਹੜੇ ਗਿਆ ਮਿਲਨੇ ਸ਼ੁਰੂ ਹੋ ਗਏ ਨੇ ਤੁਹਾਨੂੰ ਦੱਸ ਦਈਏ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੋਡੋ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਏ ਕੈਨੇਡਾ ਦੇ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਵਰ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਟਰੋਡੋ ਦੀ ਲਿਬਰਲ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਜਲਦੀ ਤੋਂ ਜਲਦੀ ਆ ਵਿਸ਼ਵਾਸ ਦਾ ਪ੍ਰਸਤਾਵ ਲਿਹਾਉਣ ਦੀ ਯੋਜਨਾ ਬਣਾ ਰਹੀ ਹੈ ਪੋਲੀਵਰੇ ਨੇ ਨਿਊ ਡੈਮੋਕ੍ਰੇਟਿਵ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੀ ਪ੍ਰਸਤਾਵ ਦਾ ਸਮਰਥਕ ਕਰਨ ਅਤੇ ਚੋਣਾਂ ਕਰਾਉਣ ਦਾ ਸੱਦਾ ਦਿੱਤਾ ਹੈ ਪੋਲੀਵਰੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਗਮੀਤ ਸਿੰਘ ਕੈਲੀਫੋਰਨੀਆ ਕੈਨੇਡੀਅਨ ਨੂੰ ਦੁਬਾਰਾ ਵੇਚ ਦੇ ਵੇਗਾ ਕੋਸ਼ਟਮਗ ਕਿਹਾ ਗਿਆ ਗਿਆ ਕਿਉਂਕਿ ਸੰਕੇਤ ਦਿੱਸੇ ਨੇ ਉਟਾਵਾ ਵਿੱਚ ਐਨ ਡੀ ਪੀ ਲਈ ਜਾਂ ਤਾਂ ਚੁੱਪ ਰਹਿਣ ਦਾ ਸਮਾਂ ਹੈ ਜਾਂ ਤਾਂ ਕੰਮ ਕਰਨ ਦਾ ਉਧਰ ਸਿੰਘ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਕੰਜ਼ਰਵੇਟਿਵਾਂ ਦਾ ਸਮਰਥਕ ਕਰੇਗੀ ਮੋਟਰੀਅਲ ਵਿੱਚ ਪਾਰਟੀ ਕਾਕਸ ਦੀ ਮੀਟਿੰਗ ਦੌਰਾਨ ਸਿੰਘ ਨੇ ਕਿਹਾ ਕਿ ਮੈਂ ਕਿਹਾ ਹੈ ਕਿ ਅਸੀਂ ਕਿਸੇ ਵੀ ਵੋਟ ਤੇ ਵਿਚਾਰ ਕਰਾਂਗੇ ਅਤੇ ਫਿਰ ਆਪਣੇ ਫੈਸਲਾ ਲਵਾਗੇ ਅਸੀਂ ਫੈਸਲਾ ਕਰਾਂਗੇ ਕਿ ਕੈਨੇਡਾ ਦੇ ਹਿੱਤ ਵਿੱਚ ਕੀ ਹੈ ਸਿੰਘ ਮੁਤਾਬਕ ਉਹ ਪੀਰੇ ਪੋਲੀਵਰੇ ਦੇ ਉਲਟ ਅਸਲ ਵਿੱਚ ਕੈਨੇਡਾ ਲਈ ਕੰਮ ਕਰਨਾ ਚਾਹੁੰਦੇ ਹਨ ਸਿੰਘ ਨੇ ਸੋਵਾਂ ਨੂੰ ਦੋ ਉਪਚੋਣਾਂ ਤੋਂ ਪਹਿਲਾਂ ਜਵਾਬ ਦੇਣ ਦੀ ਪੋਲੀਵਰੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਸਿੰਘ ਨੇ ਕਿਹਾ ਕਿ ਮੈਂ ਪੋਲੀਵਰੇ ਨੂੰ ਸੱਦਾ ਸਿੱਧਾ ਸੱਦਾ ਸਦ ਦੱਸਦਾ ਹਾਂ ਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਗਾ ਜ਼ਿਕਰ ਜੋਗੇ ਕਿ ਪਿਛਲੇ ਹਫਤੇ ਹੀ ਐਨ ਡੀ ਪੀ ਨੇ ਤਰਡੋ ਦੀ ਗੱਲ ਘਟ ਗਿਣਤੀ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਭਰੋਸੇ ਦੇ ਸਮਝੋਤੇ ਤੋਂ ਖੁਦ ਨੂੰ ਵੱਖ ਕਰ ਲਿਆ ਸੀ ਜਿਸ ਨੇ ਇਸ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਮਦਦ ਕੀਤੀ ਸੀ 2022 ਵਿੱਚ ਹੋਣ ਵਾਲੇ ਸਮਝੋਤੇ ਦਾ ਮਤਲਬ ਸੀ ਕਿ ਐਨ ਡੀ ਪੀ ਸਾਂਝੀਆਂ ਤਰਜੀਹਾਂ ਦੇ ਤਰੱਕੀ ਦੇ ਬਦਲੇ ਅਭਿਸ਼ਵਾਸ ਵੋਟਾਂ ਤੇ ਸੰਗੀ ਸਰਕਾਰ ਦਾ ਸਮਰਥਕ ਕਰੇਗੀ ਉਹ ਦੇਖਣਾ ਹੋਏਗਾ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲਾ ਸਮਾਂ ਕੀ ਲਿਆਦਾ ਲੇਕਿਨ ਫਿਲਹਾਲ ਜਸਟਿਸ ਟਰੂਡੋ ਦੀਆਂ ਮੁਸਕਰਾਹਾਂ ਵਧਦੀਆਂ ਹੋਈਆਂ ਨਜ਼ਰ ਆਉਂਦੀਆਂ ਪਈਆਂ ਏ